ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਧੂਗੜ੍ਹ ਨੇੜੇ ਇੱਕ ਵਿਅਕਤੀ ਦੀ ਰੇਲ ਦੀ ਲਪੇਟ ਵਿੱਚ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਹੈ। ਮ੍ਰਿਤਕ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ। ਮ੍ਰਿਤਕ ਆਪਣੇ ਸਾਲੇ ਨੂੰ ਮਿਲਣ ਆਇਆ ਹੋਇਆ ਸੀ ਜੋ ਕਿ ਮੌਤ ਦਾ ਸ਼ਿਕਾਰ ਹੋ ਗਿਆ। ਜੀਆਰਪੀ ਪੁਲਿਸ ਨੇ ਕਾਰਵਾਈ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਅੱਜ ਸਵੇਰੇ 6:30 ਵਜੇ 6:40 ਦੇ ਟਾਈਮ ਤੇ ਸਾਧੂਗੜ੍ਹ ਰੇਲਵੇ ਸਟੇਸ਼ਨ ਦੇ ਨੇੜੇ ਬੰਦਾ ਲੈਣਾ ਕ੍ਰਾਸ ਕਰ ਰਿਹਾ ਸੀ ਕਿ ਗੱਡੀ ਦੀ ਕੋਲ ਲੰਘੀ, ਗੱਡੀ ਦੀ ਲਪੇਟ 'ਚ ਆਉਣ ਕਰਕੇ ਜਖਮੀ ਹੋ ਗਿਆ ਸੀ, ਮੌਕੇ 'ਤੇ ਡੈਥ ਹੋ ਗਈ। ਇਹ ਕੀ ਨਾਮ ਸੀ? ਉਹਦਾ ਨਾਮ ਸੀ ਨੀਲੂ, ਸਨ ਆਫ ਕਾਲਾ ਸਿੰਘ, ਪਿੰਡ ਸ਼ਾਹਪੁਰ, ਥਾਣਾ ਗੋਬਿੰਦਗੜ੍ਹ, ਜ਼ਿਲ੍ਹਾ ਫਤਿਹਗੜ੍ਹ ਦਾ। ਇਹ ਆਪਣੀ ਭੈਣ ਕੋਲ ਆਇਆ ਸੀ ਫਾਟਕ ਮਾਚਰੀ ਸਾਧੂਗੜ੍ਹ, ਸੋ ਸਵੇਰੇ ਟ੍ਰੇਨ ਫੜਨੀ ਸੀ, ਇਹਨੇ ਜਾਣਾ ਸੀ ਵਾਪਸ ਸਰਹੰਦ ਚੰਡੀਗੜ੍ਹ, ਤਾਂ ਥੋੜ੍ਹਾ ਜਿਹਾ ਦਿਮਾਗੀ ਤੌਰ 'ਤੇ ਸਿੱਧਰਾ ਸੀ। ਜਿਹੜਾ ਗੱਡੀ 'ਚੋਂ ਕ੍ਰਾਸ ਕਰਦੇ ਲੈ ਲੈਣ ਜਿਹੜੀ ਗੱਡੀ ਦੇ ਵਿੱਚ ਆਇਆ, ਮੌਕੇ 'ਤੇ ਡੈਥ ਹੋ ਗਈ। ਜਿਹਦਾ ਕਾਰਵਾਈ ਕਰਕੇ ਜਿਹੜੀ ਟ੍ਰੇਨ ਕਿਹੜੀ ਸੀ? ਮੰਡੀ ਗੋਬਿੰਦਗੜ੍ਹ ਤੋਂ ਭੁਪਿੰਦਰ ਸਿੰਘ ਢਿੱਲੋਂ ਦੀ ਰਿਪੋਰਟ, ਚੈਨਲ 2।